ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਕਾਲੇ ਰੰਗ ਦੀ ਥਾਰ ਜੋ ਹਾਲੇ ਕੱਲ ਹੀ ਕਢਾਈ ਸੀ, ਹਾਲੇ ਰੀਬਨ ਵੀ ਨਹੀਂ ਸਨ ਲਾਹੇ ਤਾਂ ਜਿਸ ਦਾ ਭਿਆਨਕ ਸੜਕੀ ਹਾਦਸਾ ਹੋ ਗਿਆ। ਦੱਸਦੇ ਕਿ ਇਸ ਥਾਰ ਸਵਾਰ ਦੇ ਵੱਲੋਂ ਸਕੂਟੀ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਔਰ ਮੌਕੇ 'ਤੇ ਹੀ ਸਕੂਟੀ ਸਵਾਰ ਦੀ ਮੌਤ ਹੋ ਗਈ। ਇੱਥੋਂ ਤੱਕ ਜਦੋਂ ਇਹ ਹਾਦਸਾ ਹੋਇਆ ਤਾਂ ਥਾਰ ਵਾਲੇ ਨੇ ਗੱਡੀ ਨਹੀਂ ਰੋਕੀ ਸਗੋਂ ਹੋਰ ਭਜਾ ਲਈ। ਸਕੂਟੀ ਥਾਰ ਦੇ ਥੱਲੇ ਹੀ ਫਸੀ ਰਹਿ ਗਈ। ਲਗਭਗ 1 ਕਿਲੋਮੀਟਰ ਤੱਕ ਥਾਰ ਵਾਲਾ ਸਕੂਟੀ ਨੂੰ ਘੜੀਸਦਾ ਰਿਹਾ। 18 ਤੋਂ 20 ਸਾਲ ਦਾ ਇਹ ਨੌਜਵਾਨ ਸੀ ਜੋ ਥਾਰ ਚਲਾ ਰਿਹਾ ਸੀ। ਤਾਂ ਦੱਸਦੇ ਕਿ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਸਕੂਟੀ ਸਵਾਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਥਾਰ ਅਤੇ ਸਕੂਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਤਸਵੀਰਾਂ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਰਫ਼ਤਾਰ ਦਾ ਕਹਿਰ ਨਜ਼ਰ ਆਇਆ। ਹਾਲੇ ਕੱਲ੍ਹ ਹੀ ਥਾਰ ਆ ਜਿਹੜੀ ਉਹ ਲਈ ਸੀ ਤਾਂ ਅੱਜ ਉਸਦਾ ਭਿਆਨਕ ਹਾਦਸਾ ਹੋ ਗਿਆ। ਥਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ ਦੀ ਮੌਤ ਹੋਈ ਉਸਦੀ ਉਮਰ 50 ਸਾਲ ਦੀ ਸੀ, ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਜਦੋਂ ਸਾਈ ਮੰਦਿਰ ਦੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਨੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰੀ ਔਰ ਉਸਦੀ ਐਕਟਿਵਾ ਜਿਹੜੀ ਉਹ ਥਾਰ ਦੇ ਅਗਲੇ ਹਿੱਸੇ ਦੇ ਵਿੱਚ ਫਸ ਗਈ। ਡਰਾਈਵਰ ਨੇ ਰੋਕਣ ਦੀ ਥਾਂ ਸਗੋਂ ਹੋਰ ਥਾਰ ਦੀ ਸਪੀਡ ਵਧਾ ਲਈ ਅਤੇ ਅੱਗੇ ਜਾ ਕੇ ਰੋਕੀ। ਤਾਂ ਦੱਸਦੀ ਹੈ ਕਿ ਹਾਲੇ ਕੱਲ੍ਹ ਹੀ ਥਾਰ ਕਢਾਈ ਸੀ, ਅੱਜ ਭਿਆਨਕ ਹਾਦਸਾ ਹੋ ਗਿਆ। ਸਕੂਟੀ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ, ਸਕੂਟੀ ਸਵਾਰ ਦੀ ਦਰਦਨਾਕ ਮੌਤ ਹੋ ਗਈ। 18 ਤੋਂ 20 ਸਾਲ ਦਾ ਇਹ ਨੌਜਵਾਨ ਸੀ ਜੋ ਥਾਰ ਚਲਾ ਰਿਹਾ ਸੀ। ਐਕਟਿਵਾ ਉਸਕੇ ਨੀਚੇ ਘੁਸੀ ਹੋਈ ਅਭੀ ਵੀ ਥਾਰ, ਕੱਲ ਕੀ ਨਈ ਨਈ ਗਾੜੀ ਨਿਕਲੀ ਹੋਈ ਥਾਰ, ਬਿਲਕੁਲ 18-20 ਸਾਲ ਦਾ ਲੜਕਾ ਹੈ ਵਹੀ ਸੈਕਟਰ 32 ਇਹ ਨਿਰਮਲ ਕੁਟੀਆ ਚੌਕ ਪੇ ਖੜਾ ਹੋਇਆ ਅਭੀ, 18-20 ਸਾਲ ਦਾ ਲੜਕਾ ਹੈ। ਹਾਂਜੀ, ਨਈ ਥਾਰ ਥੀ? ਨਈ ਥਾਰ ਹੈ, ਕੱਲ ਕੀ ਨਿਕਲੀ ਹੋਈ। ਤੋ ਆਪ ਯਹੀਂ ਪਰ ਥੇ? ਆਪਨੇ ਦੇਖਾ? ਮੈਂ ਨਾ ਯਹਾਂ ਮੈਂ ਯਹਾਂ ਥਾ, ਉਹ ਜੋ ਖੀਚ ਕੇ ਲੈ ਜਾ ਰਹਾ ਸੀ, ਮੈਂ ਉਸਕੇ ਪੀਛਾ ਗਿਆ ਤੋ ਨਿਰਮਲ ਕੁਟੀਆ ਚੌਕ ਪੇ ਜਾ ਕੇ ਰੁਕ ਗਿਆ। ਹਾਂ, ਫਿਰ ਮੈਂ ਲੋਡ ਕੇ ਆਇਆ ਤੋ ਦੇਖਾ ਤੇ ਇਨਕੀ ਡੈਥ ਹੋ ਚੁੱਕੀ ਹੈ। ਤੋ ਕਹਾਂ ਕੇ ਪਤਾ ਚੱਲਿਆ ਇਨਕੇ ਬਾਰੇ? ਇਹ ਕਰਨ ਵਿਹਾਰ ਕੇ ਇਨਕੀ ਬੇਟੀ ਆ ਚੁੱਕੀ ਹੈ। 112 ਫੋਨ ਆਇਆ ਜੀ, ਯਹਾਂ ਸਾਈ ਬਾਬਾ ਚੌਂਕ ਕੇ ਪਾਸ ਐਕਸੀਡੈਂਟ ਹੋ ਗਿਆ ਜੀ, ਆਗੇ ਦੇਖਿਆ ਬੰਦਾ ਐਕਸਪਾਇਰ ਹੋ ਗਿਆ ਜੀ, ਥਾਰ ਵਾਲੀ ਗਾਡੀ ਵੱਜ ਗਈ ਜੀ, ਉਸ ਕੋ ਸ਼ਾਇਦ ਪੜੋਸੀ ਘਰ ਪਕੜ ਲਿਆ ਜੀ। ਅੱਗੇ ਪਕੜਿਆ? ਹਾਂ ਜੀ, ਪਬਲਿਕ ਘਰ ਪਕੜ ਲਿਆ ਜੀ ਉਸ ਨੂੰ। ਅੱਛਾ, ਤੋ ਕਿਆ ਮੌਕੇ ਪੇ ਡੈਡ ਹੋ ਗਿਆ? ਇਨਕਾ ਕਿਆ ਡੈਡ ਹੋ ਗਿਆ ਜੀ? ਇਨਕੀ ਕੋਈ ਜਾਣਕਾਰੀ ਮਿਲੀ ਹੈ? ਇਸਕੇ ਪਰਿਵਾਰ ਵਾਲੇ ਆ ਰਹੇ ਜੀ? ਪਰਿਵਾਰ ਵਾਲੇ ਆ ਗਏ? ਹਾਂ ਜੀ। ਕਿਆ ਐਕਟਿਵਾ ਕੋ ਲੈ ਗਿਆ ਖਿੱਚ ਕਰ ਸਰ? ਕਿਆ ਐਕਟਿਵਾ ਖਿੱਚ ਕੇ ਲੈ ਗਿਆ? ਮੈਂ ਇਹ ਬਤਾ ਰਿਹਾ ਜੀ, ਜਨਤਾ ਬਤਾ ਰਹੀ, ਪਬਲਿਕ ਬਤਾ ਰਹੀ ਵੀ ਐਕਟਿਵਾ ਖਿੱਚ ਕੇ ਲੈ ਗਿਆ, ਸਪੀਡ ਮੇਰਾ ਥਾਰ ਵਾਲਾ, ਜਾਨ ਬਚਾਤੀ, ਕਿਸੇ ਜਾਨ ਬਚਾਤੀ ਹੈ ਜੀ, ਸਪੀਡ ਮੇ ਨਾ ਚਲਾਏ ਨਿਕਲ ਵੋ। ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਕਾਲੇ ਰੰਗ ਦੀ ਥਾਰ ਜੋ ਹਾਲੇ ਕੱਲ੍ਹ ਹੀ ਕਢਾਈ ਸੀ, ਹਾਲੇ ਰੀਬਨ ਵੀ ਨਹੀਂ ਸਨ ਲਾਹੇ ਤਾਂ ਜਿਸ ਦਾ ਭਿਆਨਕ ਸੜਕੀ ਹਾਦਸਾ ਹੋ ਗਿਆ। ਦੱਸਦੇ ਕਿ ਇਸ ਥਾਰ ਸਵਾਰ ਦੇ ਵੱਲੋਂ ਸਕੂਟੀ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਔਰ ਮੌਕੇ 'ਤੇ ਹੀ ਸਕੂਟੀ ਸਵਾਰ ਦੀ ਮੌਤ ਹੋ ਗਈ। ਇੱਥੋਂ ਤੱਕ ਜਦੋਂ ਇਹ ਹਾਦਸਾ ਹੋਇਆ ਤਾਂ ਥਾਰ ਵਾਲੇ ਨੇ ਗੱਡੀ ਨਹੀਂ ਰੋਕੀ ਸਗੋਂ ਹੋਰ ਭਜਾ ਲਈ। ਸਕੂਟੀ ਥਾਰ ਦੇ ਥੱਲੇ ਹੀ ਫਸੀ ਰਹਿ ਗਈ। ਲਗਭਗ 1 ਕਿਲੋਮੀਟਰ ਤੱਕ ਥਾਰ ਵਾਲਾ ਸਕੂਟੀ ਨੂੰ ਘੜੀਸਦਾ ਰਿਹਾ। 18 ਤੋਂ 20 ਸਾਲ ਦਾ ਇਹ ਨੌਜਵਾਨ ਸੀ ਜੋ ਥਾਰ ਚਲਾ ਰਿਹਾ ਸੀ। ਤਾਂ ਦੱਸਦੇ ਕਿ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਸਕੂਟੀ ਸਵਾਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਥਾਰ ਅਤੇ ਸਕੂਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਤਸਵੀਰਾਂ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਰਫ਼ਤਾਰ ਦਾ ਕਹਿਰ ਨਜ਼ਰ ਆਇਆ। ਹਾਲੇ ਕੱਲ੍ਹ ਹੀ ਥਾਰ ਆ ਜਿਹੜੀ ਉਹ ਲਈ ਸੀ ਤਾਂ ਅੱਜ ਉਸਦਾ ਭਿਆਨਕ
ਹਾਦਸਾ ਹੋ ਗਿਆ। ਥਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ ਦੀ ਮੌਤ ਹੋਈ ਉਸ ਦੀ ਉਮਰ 50 ਸਾਲ ਦੀ ਸੀ, ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਜਦੋਂ ਸਾਈ ਮੰਦਿਰ ਦੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਨੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰੀ ਔਰ ਉਸਦੀ ਐਕਟਿਵਾ ਜਿਹੜੀ ਉਹ ਥਾਰ ਦੇ ਅਗਲੇ ਹਿੱਸੇ ਦੇ ਵਿੱਚ ਫਸ ਗਈ। ਡਰਾਈਵਰ ਨੇ ਰੋਕਣ ਦੀ ਥਾਂ ਸਗੋਂ ਹੋਰ ਥਾਰ ਦੀ ਸਪੀਡ ਵਧਾ ਲਈ ਅਤੇ ਅੱਗੇ ਜਾ ਕੇ ਰੋਕੀ। ਤਾਂ ਦੱਸਦੀ ਹੈ ਕਿ ਹਾਲੇ ਕੱਲ੍ਹ ਹੀ ਥਾਰ ਕਢਾਈ ਸੀ, ਅੱਜ ਭਿਆਨਕ ਹਾਦਸਾ ਹੋ ਗਿਆ। ਸਕੂਟੀ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ, ਸਕੂਟੀ ਸਵਾਰ ਦੀ ਦਰਦਨਾਕ ਮੌਤ ਹੋ ਗਈ। 18 ਤੋਂ 20 ਸਾਲ ਦਾ ਇਹ ਨੌਜਵਾਨ ਸੀ ਜੋ ਥਾਰ ਚਲਾ ਰਿਹਾ ਸੀ। ਐਕਟਿਵਾ ਉਸਕੇ ਨੀਚੇ ਘੁਸੀ ਹੋਈ ਹੈ ਅਭੀ ਵੀ। ਥਾਰ ਕੱਲ ਕੀ ਨਈ ਨਈ ਗਾੜੀ ਨਿਕਲੀ ਹੋਈ ਹੈ ਥਾਰ, ਬਿਲਕੁਲ 18-20 ਸਾਲ ਦਾ ਲੜਕਾ। ਵਹੀ ਸੈਕਟਰ 32 ਯੇ ਨਿਰਮਲ ਕੁਟੀਆ ਚੌਕ ਪੇ ਖੜਾ ਹੋਇਆ ਅਭੀ। 18-20 ਸਾਲ ਦਾ ਲੜਕਾ ਹੈ। ਹਾਂਜੀ, ਨਈ ਥਾਰ ਦੀ ਨਈ ਥਾਰ ਹੈ ਕੱਲ ਕੀ ਨਿਕਲੀ ਹੋਈ। ਤੋ ਆਪ ਯਹੀਂ ਪਰ ਥੇ ਆਪਨੇ ਦੇਖਾ? ਮੈਂ ਨਾ ਯਹਾਂ ਮੈਂ ਯਹਾਂ ਥਾ ਉਹ ਜੋ ਖੀਚ ਕੇ ਲੈ ਜਾ ਰਹਾ ਸੀ, ਮੈਂ ਉਸਕਾ ਪੀਛਾ ਕੀਆ ਤੋ ਨਿਰਮਲ ਕੁਟੀਆ ਚੌਕ ਪੇ ਜਾ ਕੇ ਰੁਕ ਗਿਆ। ਹਾਂ, ਫਿਰ ਮੈਂ ਲੋਡ ਕੇ ਆਇਆ ਤੋ ਦੇਖਾ ਤਾਂ ਇਨਕੀ ਡੈਥ ਹੋ ਚੁੱਕੀ ਹੈ। ਤੋ ਕਹਾਂ ਕੇ ਪਤਾ ਚੱਲਣ ਦੇ ਬਾਰੇ? ਕਰਨ ਵਿਹਾਰ ਕੇ ਇਨਕੀ ਬੇਟੀ ਆ ਚੁੱਕੀ ਹੈ। 112 ਫੋਨ ਆਇਆ ਜੀ, ਯਹਾਂ ਸਾਈ ਬਾਬਾ ਚੌਂਕ ਕੇ ਪਾਸ ਐਕਸੀਡੈਂਟ ਹੋ ਗਿਆ ਜੀ। ਆਗੇ ਦੇਖਿਆ ਬੰਦਾ ਐਕਸਪਾਇਰ ਹੋ ਗਿਆ ਜੀ। ਥਾਰ ਵਾਲੇ ਗਾਡੀ ਵੱਜ ਗਈ ਜੀ, ਉਸ ਕੋ ਸ਼ਾਇਦ ਪੜੋਸੀ ਘਰ ਪਕੜ ਲਿਆ ਜੀ। ਅੱਗੇ ਪਕੜਿਆ? ਹਾਂ ਜੀ, ਪਬਲਿਕ ਘਰ ਪਕੜ ਲਿਆ ਜੀ ਉਸ ਨੂੰ। ਅੱਛਾ, ਤੋ ਕਿਆ ਮੌਕੇ ਪੇ ਡੈਡ ਹੋ ਗਏ? ਇਨਕਾ ਕਿਆ ਜਾਨਕਾਰੀ? ਡੈਡ ਹੋ ਗਿਆ ਜੀ। ਇਨਕੀ ਕੋਈ ਜਾਣਕਾਰੀ ਮਿਲੀ ਹੈ? ਇਸਕੇ ਪਰਿਵਾਰ ਵਾਲੇ ਆ ਰਹੇ ਜੀ। ਪਰਿਵਾਰ ਵਾਲੇ ਆ ਗਏ? ਹਾਂ ਜੀ। ਕਿਆ ਐਕਟਿਵਾ ਕੋ ਲੈ ਗਿਆ ਖਿੱਚ ਕਰ ਸਰ? ਕਿਆ ਐਕਟਿਵਾ ਖਿੱਚ ਕੇ ਲੈ ਗਿਆ ਭਈਆ? ਬਧਾਰੇ ਜੀ ਜਨਤਾ ਬਧਾਰੀ, ਪਬਲਿਕ ਬਧਾਰੀ ਵੀ ਐਕਟਿਵਾ ਖਿੱਚ ਕੇ ਲੈ ਗਿਆ। ਸਪੀਡ ਮੇਰਾ ਥਾਰ ਵਾਲਾ ਜਾਨ ਬਜਾਤੀ, ਕਿਸੀ ਜਾਨ ਬਜਾਤੀ ਹੈ ਜੀ। ਸਪੀਡ ਮੇਰੇ ਨਾਲ ਚਲਾਏ ਵਹੀਕਲ ਉਹ।